ਹੈਲੋ ਜੀ, ਸਤਿ ਸ਼੍ਰੀ ਅਕਾਲ। ਕਿਵੇਂ ਹੋ ਤੁਸੀਂ ਸਾਰੇ? ਆਈ ਹੋਪ ਬਿਲਕੁਲ ਠੀਕ ਹੋਵੋਗੇ। ਮੈਂ ਵੀ ਠੀਕ ਹਾਂ, ਬਟ ਪਹਿਲਾਂ ਠੀਕ ਨਹੀਂ ਸੀ। ਕਾਫੀ ਦਿਨਾਂ ਤੋਂ ਮੇਰੀ ਤਬੀਅਤ ਖਰਾਬ ਸੀ, ਅੱਜ ਕੁਛ ਠੀਕ ਲੱਗਦੀ ਪਈ ਹੈ। ਟਾਈਮ ਹੋ ਗਿਆ ਆ 5:15 ਹੋ ਗਿਆ, 5:15 ਹੋ ਗਏ ਨੇ, ਅਤੇ ਅਸੀਂ ਦੋਨੋਂ ਚੱਲੇ ਹਾਂ ਮੇਰੀ ਦਵਾਈ ਲੈਣ। ਮੈਂ ਅਤੇ ਸਰਦਾਰ ਜੀ ਡਿਊਟੀ ਤੋਂ ਆ ਗਏ ਸੀ 4:15 ਔਰ ਅਸੀਂ ਦੋਨੋਂ ਜਾਂਦੇ ਪਏ ਹਾਂ ਹੁਣ ਦਵਾਈ ਲੈਣ ਵਾਸਤੇ। ਅੱਜ ਮੈਂ ਸਾਰੇ ਟੈਸਟ ਕਰਵਾਏ ਆ, ਮੇਰੀ ਰਿਪੋਰਟ ਬਿਲਕੁਲ ਠੀਕ ਆਈ ਹੈ। ਇਹਨਾਂ ਨੂੰ ਬਹੁਤ ਜ਼ਿਆਦਾ ਟੈਨਸ਼ਨ ਸੀ ਉੱਦਣ ਦੀ, ਕਿਉਂਕਿ ਮੇਰੇ ਤੋਂ ਨਾ ਉੱਠ ਹੀ ਨਹੀਂ ਸੀ ਹੁੰਦਾ। ਮੈਨੂੰ ਨੀਂਦ ਇੰਨੀ ਜ਼ਿਆਦਾ ਆਉਂਦੀ ਸੀ ਨਾ, ਸਾਰਾ ਦਿਨ ਹੀ ਮੇਰੀ ਅੱਖ ਨਹੀਂ ਸੀਗੀ ਖੋਲ੍ਹਦੀ। ਹੁਣ ਡਾਕਟਰ ਨੇ ਦੱਸਿਆ ਤਾਂ ਹੈਗਾ ਇੱਕ ਦਵਾਈ ਕਿ ਉਹਦੇ ਨਾਲ ਫਰਕ ਪਏਗਾ, ਔਰ ਜਾਂਦੇ ਪਏ ਅਸੀਂ। ਇੱਥੋਂ ਹੈਗਾ 25-30 ਕਿਲੋਮੀਟਰ ਹੈ ਜਿੱਥੇ ਆਪਾਂ ਜਾਣਾ ਦਵਾਈ ਲੈਣ, ਰੋਪੜ ਰੂਪਨਗਰ। ਔਰ ਪਲੀਜ਼ ਜਿਹੜਾ ਵੀ ਮੇਰੇ ਚੈਨਲ 'ਤੇ ਨਵਾਂ ਹੈ ਨਾ, ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ, ਕਮੈਂਟ ਕਰਿਓ, ਵੀਡੀਓ ਨੂੰ ਲਾਈਕ ਕਰਿਓ। ਸਾਹਮਣੇ ਨਾ ਇਹ ਦੋ ਗੱਡੀਆਂ ਆ, ਇੱਕ ਔਰਾ ਆ ਹਿਊਂਡਈ ਦੀ ਔਰ ਇੱਕ ਡਿਜ਼ਾਇਰ ਆ। ਇਹ ਕਾਫੀ ਦੇਰ ਤੋਂ ਨਾ ਆਪਸ 'ਚ ਇੱਕ ਦੂਜੇ ਨਾਲ ਰੇਸ ਲਾਉਂਦੇ ਪਏ ਆ, ਕਦੀ ਉਹ ਅੱਗੇ ਨਿਕਲ ਜਾਂਦਾ ਆ। ਇੱਕ HP ਨੰਬਰ ਆ, ਇੱਕ ਦਿੱਲੀ ਨੰਬਰ ਆ। ਹੁਣ ਉਹ ਨਿਕਲ ਗਿਆ, ਦਿੱਲੀ ਨੰਬਰ ਅੱਗੇ ਨਿਕਲ ਗਿਆ, ਹੁਣ HP ਪਿੱਛੇ ਰਹਿ ਗਿਆ ਆ। ਮਤਲਬ ਇਹ ਬਹੁਤ ਦੇਰ 'ਤੇ ਲੱਗੇ ਹੋਏ ਨੇ, ਅਸੀਂ ਵੇਖਦੇ ਪਏ ਹਾਂ। ਮੈਂ ਕਿਹਾ ਚੱਲ ਹੁਣ ਮੈਂ ਇਹਨਾਂ ਦੀ ਵੀਡੀਓ ਹੀ ਬਣਾ ਲੈਂਦੀ ਹਾਂ। ਇਹ ਵੀ ਕਈ ਵਾਰੀ ਕਰਦੇ ਹੁੰਦੇ ਨੇ, ਬਟ ਇਹ ਕਿਸੇ ਨੂੰ ਅੱਗੇ ਨਹੀਂ ਨਿਕਲਣ ਦਿੰਦੇ। ਇਹਨੇ ਸਲੋ ਕਰ ਲਈ ਕਿ ਚੱਲ ਨਿਕਲਦਾ, ਤੇ ਨਿਕਲ ਗਿਆ ਉਹ, ਤੇ ਕਾਫੀ ਦੂਰ ਚਲਾ ਗਿਆ ਆ। ਸਾਡੀ ਵੀ ਇਸ ਟਾਈਮ 110 ਤੇ ਆ, ਤੇ ਆ ਵਿਊ ਵੀ ਕਿੰਨਾ ਵਧੀਆ ਲੱਗਦਾ ਪਿਆ ਨਾ। ਅੱਜ ਮੈਨੂੰ ਜ਼ਿਆਦਾ ਵਧੀਆ ਲੱਗਦਾ ਪਿਆ, ਕਿਉਂਕਿ ਵਾਰ ਵਾਰ ਮੈਂ ਕਹਿੰਦੀ ਹਾਂ ਮੈਨੂੰ ਮੇਰੀ ਨਾ ਤਬੀਅਤ ਠੀਕ ਲੱਗਦੀ ਪਈ, ਤੇ ਫੋਨ ਇੰਨਾ ਹਿੱਲਦਾ ਪਿਆ ਹੈ ਨਾ ਬਹੁਤ ਜ਼ਿਆਦਾ। ਅਸੀਂ ਭਰਤਗੜ੍ਹ ਪਹੁੰਚਣ ਵਾਲੇ ਹਾਂ, ਭਰਤਗੜ੍ਹ ਨਿਕਲ ਕੇ ਪਹੁੰਚਣ ਵਾਲੇ ਹਾਂ, ਭਰਤਗੜ੍ਹ ਨਿਕਲ ਗਏ ਅਸੀਂ, ਘਨੋਲੀ ਪਹੁੰਚਣ ਵਾਲੇ ਹਾਂ ਹੁਣ। ਪਹਿਲਾਂ ਮੈਂ ਗੰਨੇ ਦਾ ਰਸ ਬਹੁਤ ਪੀਂਦੀ ਸਾਂ, ਡਾਕਟਰ ਨੇ ਮੈਨੂੰ ਮਨਾ ਕਰਤਾ ਗੰਨੇ ਦਾ ਰਸ ਨਹੀਂ ਪੀਣਾ, ਔਰ ਨਿੰਬੂ ਪਾਣੀ ਵੀ ਨਹੀਂ ਪੀਣਾ ਆ, ਲੱਸੀ ਵੀ ਨਹੀਂ ਪੀਣੀ, ਦਹੀਂ ਵੀ ਨਹੀਂ ਖਾਣਾ, ਕੁਛ ਵੀ ਨਹੀਂ ਅਜੇ ਖਾਣਾ। ਬਟ ਅੱਜ ਮੈਂ ਖਾਊਂਗੀ ਮਨਚੂਰੀਅਨ ਅਤੇ ਗੋਲ ਗੱਪੇ, ਬਰਗਰ ਥੋੜ੍ਹਾ ਜਿਹਾ ਖਾਊਂਗੀ ਬਸ। ਰੂਪਨਗਰ ਪਹੁੰਚ ਗਿਆ, ਬਟ ਫਾਟਕ ਬੰਦ ਆ, ਚੰਗਾ ਕੰਮ ਕੀਤਾ ਇਹਨਾਂ ਨੇ, 2 ਦਿਨਾਂ ਲਈ ਬੰਦ ਆ। ਔਰ ਹੁਣ ਸਾਨੂੰ ਇੱਧਰੋਂ ਦੀ ਥੋੜ੍ਹਾ ਬੈਗ ਜਾ ਕੇ ਫਿਰ ਇੱਧਰੋਂ ਦੀ ਹੀ ਘੁੰਮ ਕੇ ਜਾਣਾ ਪੈਣਾ ਆ ਵਾਪਸ। ਔਰ ਇਹ ਨਾਲ ਦੀ ਗੱਡੀ ਸੀ ਇੱਕ, ਪਿੱਛੇ ਉਹਨੂੰ ਦੱਸਦੇ ਪਏ ਸੀ ਕਿ ਨਹੀਂ, ਹਾਂ ਇੱਧਰੋਂ ਗੱਡੀ ਦੇ ਪਿੱਛੇ ਇੱਧਰੋਂ, ਓਕੇ ਇੱਧਰੋਂ ਜਾਂਦੇ ਹਾਂ ਹਾਂ, ਕਿਉਂਕਿ ਜੇ ਉੱਪਰੋਂ ਦੀ ਗਏ ਨਾ, ਹਾਂ ਇੱਧਰੋਂ ਬਾਈਪਾਸ ਤੋਂ, ਫਿਰ ਸਾਨੂੰ ਬਹੁਤ ਅੱਗੇ ਜਾਣਾ ਪੈਣਾ ਆ, ਫਿਰ ਉੱਧਰੋਂ ਕਿੰਨਾ ਮੁੜ ਕੇ ਆਉਣਾ ਪੈਣਾ ਆ, ਅਤੇ ਇਸ ਲਈ ਹੁਣ ਇੱਧਰੋਂ ਦੀ ਚੱਲੇ ਹਾਂ। ਫਸਟ ਟਾਈਮ ਚੱਲੇ, ਇੰਨਾ ਚਿਰ ਹੋ ਗਿਆ ਸਾਨੂੰ, 10-11 ਸਾਲ ਹੋ ਗਏ ਇੱਥੇ ਰਹਿੰਦੇ ਹਨ, ਬਟ ਇੱਧਰੋਂ ਦੀ ਅੱਜ ਅਸੀਂ ਫਸਟ ਟਾਈਮ ਜਾਂਦੇ ਪਏ ਹਾਂ। ਹੁਣ ਆ ਚੌਂਕ ਜਿਹਾ ਆ ਗਿਆ, ਮੈਨੂੰ ਲੱਗਦਾ ਇੱਥੋਂ ਆਪਾਂ ਨੂੰ ਮੁੜਨਾ ਆ, ਹਾਂ ਇੱਧਰੋਂ ਫਾਟਕ ਖੁੱਲ੍ਹਾ ਆ, ਠੀਕ ਆ ਇੱਧਰ ਜਾਂਦੇ ਹਾਂ। ਇੱਧਰੋਂ ਸੰਗਤਾਂ ਹਜੇ ਵੀ ਦਰਸ਼ਨ ਕਰਕੇ ਆਉਂਦੀਆਂ ਪਈਆਂ ਆ ਗੁਰਦੁਆਰਾ ਸਾਹਿਬ ਦੇ, ਕਿਉਂਕਿ ਸੰਗਤ ਆਉਂਦੀ ਰਹਿੰਦੀ ਜਦੋਂ ਜਿਹਨੂੰ ਟਾਈਮ ਮਿਲਦਾ ਆ, ਆਪਣੇ ਟਾਈਮ ਦੇ ਹਿਸਾਬ ਨਾਲ ਆਉਂਦੇ ਰਹਿੰਦੇ ਆ ਦਰਸ਼ਨ ਕਰਨ। ਇੱਧਰ ਫਾਟਕ ਖੁੱਲ੍ਹਾ, ਪਹੁੰਚ ਗਏ ਅਸੀਂ ਰੋਪੜ। ਆਹ ਦੇਖੋ ਸਕੂਟਰ,
ਤੇ ਆ ਰਿਪੇਅਰ ਵਾਲੀਆਂ ਜਿਹੜੀਆਂ ਕੀ ਆਂਦੇ ਮੈਨੂੰ ਇੰਨਾ ਨਹੀਂ ਪਤਾ, ਜਿਵੇਂ ਟ੍ਰੇਡਰਸ ਇਹੋ ਹੀ ਸ਼ੋਪ ਨੇ ਇੱਧਰ, ਸ਼ੋਕਰ ਰਿਪੇਅਰ ਕਈ ਕੁਛ ਆ ਇੱਧਰ, ਮਤਲਬ ਜਿਹੜੀ ਮੇਨ ਮਾਰਕੀਟ ਆ ਉਹ ਸਾਨੂੰ ਬ੍ਰਿਜ ਪੁੱਲ ਆ ਜਿਹੜਾ ਉਹ ਕਰੋਸ ਕਰਕੇ ਜਾਣਾ ਪੈਂਦਾ ਪੈਟਰੋਲ ਪੰਪ, ਬਸ ਇੱਦਾਂ ਹੀ ਇਹਦੀ ਕੋਈ ਉਹ ਨਹੀਂ ਗੀ, ਕੋਈ ਆਉਂਦੇ ਨੇ ਨਾ ਬਾਉਂਡਰੀ ਹੈ ਨਹੀਂ ਗੀ, ਮੇਨ ਰੋਡ 'ਤੇ ਹੀ ਸੀਗਾ ਬਸ ਇੱਦਾਂ ਹੀ ਆਪਾਂ ਇੱਥੋਂ ਦੀ ਸ਼ਾਇਦ ਹੋਏ। ਇੱਧਰਲੇ ਪੁੱਲ ਨਾ ਬਹੁਤ ਪੁਰਾਣਾ ਹੋ ਗਿਆ ਅਤੇ ਉਹ ਬੰਦ ਕੀਤਾ ਹੋਇਆ ਕਾਫੀ ਟਾਈਮ ਦਾ, ਬੰਦ ਹੈ ਸਾਨੂੰ ਪਤਾ ਸੀ, ਬਟ ਮੈਂ ਇਹਨਾਂ ਨੂੰ ਕਿਹਾ ਸੀ ਗੱਡੀ ਉਰੇ ਖੜੀ ਆ, ਇਹ ਕਹਿੰਦੇ ਕਿ ਨਹੀਂ ਤੂੰ ਇੰਨਾ ਤੁਰ ਕੇ ਨਹੀਂ ਜਾਣਾ। ਫਿਰ ਇੱਕ ਦੂਜਾ ਪੁੱਲ ਆ ਉੱਧਰੋਂ ਦੀ ਚੱਲੇ ਹਾਂ ਅਸੀਂ ਹੁਣ, ਜੇ ਉਹ ਖੁੱਲ੍ਹਾ ਉੱਥੇ ਰਸ਼ ਬਹੁਤ ਹੁੰਦਾ ਕਿਉਂਕਿ ਹੁਣ ਹਰ ਕੋਈ ਉੱਧਰੋਂ ਜਾਂਦਾ ਪਿਆ ਅਤੇ ਰਸ਼ ਤਾਂ ਹੋਣਾ ਹੀ ਹੈ। ਦੇਖਦੇ ਹਾਂ ਉੱਧਰੋਂ, ਉੱਧਰ ਗੁਰਦੁਆਰਾ ਵੀ ਹੈਗਾ, ਕਿਹੜਾ ਗੁਰਦੁਆਰਾ ਹੈ ਉੱਧਰ ਪਾਣੀ ਦੇ ਵਿੱਚ ਆ ਜਿਹੜਾ ਗੁਰਦੁਆਰਾ, ਵਾਹਿਗੁਰੂ ਨੇ ਹਾਂ ਥੋੜ੍ਹਾ ਸਾਈਡ 'ਤੇ ਕਦੀ ਕੀਤਾ ਨਾ ਵਾਹਿਗੁਰੂ ਨੇ, ਅਤੇ ਆਵਾਂਗੇ ਅਤੇ ਫਿਰ ਮੈਂ ਤੁਹਾਨੂੰ ਵੀਡੀਓ ਮਤਲਬ ਕਿ ਵਲੋਗ ਬਣਾਉਂਗੀ, ਦਿਖਾਉਂਗੀ ਉਹ ਗੁਰਦੁਆਰੇ ਦੇ ਬਾਰੇ ਦੱਸਾਂਗੇ ਵੀ। ਬਸ ਮੈਨੂੰ ਲੱਗਦਾ ਕਾਫੀ ਅੱਗੇ ਜਾਣਾ ਪੈਣਾ ਸਾਨੂੰ, ਅਤੇ ਫਿਰ ਉਹ ਕੋਲ ਹਜੇ ਤਾਂ ਫਾਟਕ ਵੀ ਨਹੀਂ ਆਇਆ, ਨਹੀਂ ਆਇਆ ਆ, ਦੇਖੋ ਰੋਕਿਆ ਹੋਇਆ ਇੱਥੋਂ। ਰਾਧਾ ਸਵਾਮੀ ਸਤਸੰਗ ਬਿਆਸ ਆਸ਼ਰਮ ਆ, ਆਸ਼ਰਮ ਹੀ ਕਹਾਂਗੇ ਕੀ ਆਖਾਂਗੇ, ਨਾਲਾ ਨਹਿਰ ਆ, ਨਹਿਰ ਦੇ ਨਾਲ ਨਾਲ ਹੀ ਰਸਤਾ ਆ ਛੱਟ ਘਾਟ ਰੂਪਨਗਰ ਭਾਖੜਾ ਨਹਿਰ। ਹਾਂ ਛੱਟ ਘਾਟ ਇੱਥੇ ਉਹ ਫਿਰ ਛੱਠ ਪੂਜਾ ਹੁੰਦੀ ਹੈ ਨਾ, ਸਾਡਾ ਮਨਚੂਰੀਅਨ ਵਾਲਾ ਇਹ ਆ ਅੱਗੇ। ਹਾਂਜੀ ਪਹੁੰਚ ਗਈਆਂ ਰੂਪਨਗਰ, ਇੱਧਰ ਨੂੰ ਮਾਰਕੀਟ ਹੈ ਅੰਦਰ ਨੂੰ ਸਾਰੀ, ਮਤਲਬ ਕਿ ਕੁਛ ਵੀ ਤੁਸੀਂ ਖਰੀਦਣਾ ਕੱਪੜਾ ਲੀੜਾ, ਕੱਪੜਾ ਲੀੜਾ, ਅਤੇ ਇੱਧਰ ਹੋਸਪਿਟਲ ਆ, ਔਰ ਇੱਧਰ ਵੀ ਬਹੁਤ ਸਾਰੀਆਂ ਸ਼ੋਪਸ ਨੇ, ਅਤੇ ਜਿੱਥੋਂ ਮੈਂ ਦਵਾਈ ਲੈਣੀ ਉਹ ਵੀ ਇੱਧਰ ਜਾ ਕੇ ਅੱਗੇ, ਹੋਮਿਓਪੈਥਿਕ ਕਲੀਨਿਕ ਆ ਜਿਹਨਾਂ ਤੋਂ ਦਵਾਈ ਮੰਗਵਾਈ ਸੀਗੀ, 4-5 ਦਿਨ ਹੋ ਗਏ ਆ। ਇਹ ਆ ਕਲੀਨਿਕ ਜਿੱਥੋਂ ਮੈਂ ਦਵਾਈ ਲਈ ਹੈ ਰੋਪੜ ਤੋਂ, ਇਹ ਦਵਾਈ ਸੀਗੀ ਮੇਰੀ। ਰਸ਼ ਇੰਨਾ ਜ਼ਿਆਦਾ ਨਾ ਇੱਥੋਂ, ਫਿਰ ਗੱਡੀ ਮੋੜ ਨਹੀਂ ਸਕਦੀ, ਇਹ ਗਏ ਅੱਗੇ ਗੱਡੀ ਮੋੜ ਕੇ ਲਿਆਉਣ ਗਿਆ, ਮੈਂ ਇੱਥੇ ਹੀ ਵੇਟ ਕਰਦੀ ਪਈ ਹਾਂ। ਇੰਨਾ ਹੀ ਕੰਮ ਸੀਗਾ ਸਿਰਫ ਇੱਕ ਮੈਡੀਸਿਨ, ਇਹ ਮੰਗਵਾ ਤੇ ਕਿਸੇ ਤੋਂ ਲੈਣੀ ਸੀ ਬਟ ਉਹਨਾਂ ਨੇ ਹੁਣ ਆਉਣਾ ਸੀ ਮੰਡੇ ਨੂੰ ਔਰ ਮੈਨੂੰ ਜ਼ਰੂਰਤ ਸੀਗੀ, ਕੱਲ੍ਹ ਦਾ ਦਿਨ ਵੀ ਨਹੀਂ ਅੱਜ ਦਾ ਦਿਨ ਵੀ ਨਿਕਲ ਜਾਣਾ ਸੀ, ਮੰਡੇ ਨੂੰ ਸ਼ਾਮੀ 6-7 ਵਜੇ ਮਿਲ ਰਹੀ ਸੀ, ਇਸ ਕਰਕੇ ਆਉਂਦੇ ਕਿ ਚੱਲ ਬਹੁਤ ਹੀ ਚੱਲਦੇ ਕਿੱਥੋਂ ਰੋਕੇ, ਬਸ ਆ ਜਾਣ ਅਤੇ ਫਿਰ ਚੱਲੀਏ। ਬਸ ਦਵਾਈ ਦਾ ਕੰਮ ਤਾਂ ਮੇਰਾ ਹੋ ਗਿਆ, ਦਵਾਈ 12:30 ਵਜੇ ਦੀ ਆ ਗਈ ਸੀਗੀ, ਖਾਂਦੇ ਪਏ ਇਹਨਾਂ ਦਾ ਵੋਲਟ ਮੇਰੇ ਕੋਲ ਆ, ਕਿਉਂਕਿ ਕਹਿੰਦੇ ਮੈਂ ਗੱਡੀ ਮੋੜ ਲਿਆਉਂਦੀ ਤੂੰ ਦਵਾਈ ਲੈ ਲਾ, ਆਪਣੇ ਘਰ ਕੋਲ ਕਰਾਂ ਇਹਨਾਂ ਨੂੰ ਕਿੱਥੇ ਨੇ। ਇਹਨਾਂ ਨੂੰ ਨਾ ਥੋੜ੍ਹਾ ਜਿਹਾ ਡਾਊਟ ਲੱਗਦਾ ਪਿਆ ਸੀ ਦਵਾਈ ਦਾ, ਕਿਉਂਕਿ ਜਿਹੜਾ ਡਾਕਟਰ ਨੇ ਦੱਸਿਆ ਨਾ ਸਾਹਮਣੇ ਵਾਲਾ ਪਹਿਲਾਂ ਮਤਲਬ ਉਹੀ ਸੀਗਾ, ਬਾਅਦ ਵਿੱਚ ਜੋ ਜਿਹੜੀ ਕੀ ਆਉਂਦੇ ਨੇ ਕੁਛ ਵੀ ਸੀਗਾ, ਮੈਨੂੰ ਹੁਣ ਮੈਂ ਕਿਵੇਂ ਸਮਝਾਵਾਂ, ਉਹ ਥੋੜ੍ਹਾ ਅੱਡ ਸੀਗਾ ਜਿਹੜਾ ਨਾਮ ਲਿਖਿਆ ਹੋਇਆ ਸੀਗਾ ਨਾ,
ਅੱਧਾ ਅੱਧਾ ਸੀਗਾ, 50-50 ਮਿਲਦਾ ਸੀਗਾ, ਜਾਂ ਇੱਕ ਵਾਰੀ ਕਨਫਰਮ ਕਰਕੇ ਆਵਾਂ ਕਿਉਂਕਿ ਇੰਨੀ ਦੂਰੋਂ ਆਇਆ ਸਪੈਸ਼ਲ ਇੱਕ ਦਵਾਈ ਵਾਸਤੇ। ਹੁਣ ਮੈਂ ਇੱਥੇ ਗੱਡੀ 'ਚ ਬੈਠੀ ਹੋਈ ਹਾਂ ਅਤੇ ਗਏ ਹੋਏ ਨੇ ਪੁੱਛਣ। ਅੱਜ ਵੀ ਸੰਦੂਰ ਦੇਖੋ ਕਿੰਨਾ, ਕਿਉਂਕਿ ਬੱਚੇ ਮੈਂ ਪਹਿਲਾਂ ਥੋੜ੍ਹਾ ਲਾਇਆ ਨਾ, ਜਨਮ ਦਿਨਾਂ ਦੀ ਮੰਮਾ ਤੁਸੀਂ ਕਿੱਦਾਂ ਲਾਇਆ, ਥੋੜ੍ਹਾ ਜਿਹਾ ਚੰਗੀ ਤਰ੍ਹਾਂ ਨਹੀਂ ਲਾਇਆ, ਫਿਰ ਮੈਂ ਚੰਗੀ ਤਰ੍ਹਾਂ ਲਾਇਆ। ਵੈਸੇ ਨਾ ਮੈਨੂੰ ਸੁੱਕਾ ਸੰਦੂਰ ਲਾਉਣਾ ਜ਼ਿਆਦਾ ਵਧੀਆ ਲੱਗਦਾ ਆ, ਬਟ ਇਹ ਲਿਕੁਇਡ ਅਤੇ ਲਿਪਸਟਿਕ ਦਾ ਆ ਜਿਹੜਾ ਮੈਂ ਲਾਇਆ ਹੋਇਆ ਆ। ਔਰ ਸੱਚ ਮੈਂ ਗੱਲ ਕਰਨੀ ਸੀ, ਗੱਲ ਇਹ ਸੀਗੀ ਅੱਜ ਕੱਲ੍ਹ ਨਾ ਜਿਵੇਂ ਹੁਣ ਫਸਲਾਂ ਦਾ ਟਾਈਮ ਹੈ, ਕਣਕਾਂ ਦਾ, ਲੋਕ ਕਣਕ ਵੱਢਦੇ ਆ, ਔਰ ਕਣਕ ਵੱਢਣ ਤੋਂ ਬਾਅਦ 'ਚ ਜਿਵੇਂ ਹੁੰਦਾ ਆ ਸੁੱਕਾ ਜਿਹਾ ਘਾਹ ਜਿਹਾ ਹੁੰਦਾ, ਬੰਦਾ ਆਉਂਦਾ ਕਿ ਚੱਲ ਅੱਗ ਲਾ ਦਿੰਦੇ ਹਾਂ, ਹੈ ਨਾ, ਕਿਉਂਕਿ ਸਾੜਨਾ ਪੈਂਦਾ ਆ ਅਤੇ ਹਰ ਹਵਾ ਤਾਂ ਚੱਲਦੀ ਰਹਿੰਦੀ ਹੈ ਨੋਰਮਲ। ਫਿਰ ਵੀ ਪਲੀਜ਼ ਹਰ ਕੋਈ ਆਪਣਾ ਧਿਆਨ ਰੱਖੋ। ਸਾਡੇ ਇੱਥੇ ਇੱਦਾਂ ਦੀ ਬਹੁਤ ਮਾੜੀ ਘਟਨਾ ਹੋਈ ਹੈ। ਇੱਕ ਬਜ਼ੁਰਗ ਸੀਗੇ, ਮੈਂ ਨਹੀਂ ਕਹੂੰਗੀ ਮੰਜੇ 'ਤੇ, ਉੱਦਾਂ ਬਜ਼ੁਰਗ ਸੀਗੇ ਬਟ ਤੁਰੇ ਫਿਰਦੇ ਸੀਗੇ, ਵਧੀਆ ਸਾਰਾ ਕੰਮ ਕਾਰ ਕਰਦੇ ਸੀ, ਗੁਰਦੁਆਰੇ ਆਉਂਦੇ ਸੀ, ਇੱਕ ਮਿੰਟ ਨਹੀਂ ਸੀ ਉਹ ਬੈਠਦੇ। ਹੁਣ ਇੱਦਾਂ ਹੀ ਖੇਤਾਂ ਵਿੱਚ ਅੱਗ ਲਾਈ ਹੋਈ ਸੀਗੀ, 11:30 ਵਜੇ ਦਾ ਟਾਈਮ ਸੀ, ਮੈਂ ਉਦੋਂ ਇੱਥੇ ਨਹੀਂ ਸੀ, ਕੱਲ੍ਹ ਉਹਨਾਂ ਦਾ ਭੋਗ ਯਾਨੀ 5 ਤਰੀਕ ਨੂੰ। ਜਿਵੇਂ ਹੀ ਉਹਨਾਂ ਨੇ ਅੱਗ ਲਾਈ ਨਾ, ਹਵਾ ਚੱਲਦੀ ਪਈ ਸੀ, ਅੱਗ ਉਹਨਾਂ ਦੇ ਕੱਪੜਿਆਂ ਨੂੰ ਪੈ ਗਈ, ਜਸਟ ਉੱਥੇ ਹੀ ਮਤਲਬ ਸੜ ਕੇ ਸਵਾਹ ਹੋ ਗਿਆ ਉਹ ਹਵਾ ਦੇ ਨਾਲ। ਹਵਾ ਨੋਰਮਲ ਹਵਾ ਸੀ ਬਟ ਉਹਨਾਂ ਦੀ ਲਿਖੀ ਇੱਦਾਂ ਸੀਗੀ। ਕਹਿਣ ਦਾ ਮਤਲਬ ਇਹ ਹੈ ਕਿ ਪਲੀਜ਼ ਹਰ ਕੋਈ ਆਪਣਾ ਧਿਆਨ ਰੱਖੋ। ਅੱਜ ਕੱਲ੍ਹ ਮੈਂ ਦੇਖ ਰਹੀ ਹਾਂ ਰਸਤੇ 'ਚ, ਮੈਂ ਦੇਖੀ ਪਈ ਸੀ ਬਹੁਤ ਲੋਕਾਂ ਨੇ ਲਾਈਆਂ ਹੋਈਆਂ। ਇਹੀ ਆ ਪਰ ਇਹ ਚੱਲਣੀ ਵਾ ਤਾਂ 10-15 ਦਿਨ ਹੀ ਆ, ਤੇ ਉਹਨੇ ਤਾਂ ਮਹੀਨਾ ਤੇ ਦੋ ਲੈ ਲਾ, ਇਹ ਤੋਂ ਹੈਗੀਆਂ ਨੇ, ਫਿਰ ਬਾਅਦ 'ਚ ਲੈਣ ਭੱਜਾਂਗੇ। ਤੇ ਲੈ ਆਓ ਫਿਰ ਜਾ ਕੇ, ਜਾਓ ਲੈ ਆਓ। ਕਿੰਨੇ ਦੀ ਆਈ ਇਹ? 140 ਦੀ, ਛੋਟੀ ਜਿਹੀ ਸ਼ੀਸ਼ੀ ਹੈ। ਪੁੱਛ ਕੇ ਆਏ ਨੇ ਨਾ, ਉਹਦੇ 10 ਕੁ ਦਿਨ ਹੀ ਚੱਲਣੀ, 10-15 ਦਿਨ ਇੱਕ ਹੋਰ ਲੈ ਜਾਈਏ ਫਿਰ ਆਵਾਂਗੇ ਸਪੈਸ਼ਲ। 400-500 ਤੇਲ ਲੈ ਕੇ ਅਤੇ ਦਵਾਈ ਇਹ ਸਿਰਫ 140 ਰੁਪਏ ਦੀ। ਹਾਂ, ਅਤੇ ਉਹੀ ਗੱਲ ਮੇਰੀ ਵਿੱਚ ਰਹਿ ਗਈ ਕਿ ਮਤਲਬ ਕਿੰਨੀ ਦਰਦਨਾਕ ਮੌਤ ਉਸ ਟਾਈਮ ਉਹਨਾਂ ਦੇ ਕੋਲ, ਕੋਈ ਅਗਰ ਕੋਈ ਹੁੰਦਾ ਵੀ ਤਾਂ ਉਹਨੇ ਕੀ ਕਰ ਲੈਣਾ ਸੀ ਜਿਸ ਟਾਈਮ ਉਹ ਅੱਗ ਦੀ ਚਪੇਟ ਦੇ ਵਿੱਚ ਆਏ ਨੇ ਨਾ। ਅਤੇ ਪਲੀਜ਼ ਹਰ ਕੋਈ ਆਪਣਾ ਧਿਆਨ ਰੱਖਿਆ ਕਰੋ। ਔਰ ਖੇਤਾਂ ਵਿੱਚ ਹੁਣ ਵੀ ਆਉਂਦੇ ਹੋਏ ਮੈਂ ਰਸਤੇ 'ਚ ਦੇਖਿਆ, ਇੰਨੇ ਲੋਕਾਂ ਨੇ ਅੱਗ ਲਾਈ ਹੋਈ ਸੀ ਨਾ, ਅਤੇ ਹਵਾ ਚੱਲਦੀ ਪਈ ਸੀਗੀ, ਅਤੇ ਜਨਾਨੀਆਂ ਸੀਗੀਆਂ ਜਿਹੜੀਆਂ ਅੱਗ ਲਾਉਂਦੀਆਂ ਪਈਆਂ ਸੀ, ਬਿਲਕੁਲ ਕੋਲ ਖੜੀਆਂ, ਕਿ ਐਡਾ ਵੱਡੀ ਘਟਨਾ ਹਜੇ ਸਾਡੇ ਨੇੜੇ ਹੀ, ਨੇੜੇ ਦੀ ਗੱਲ ਹੈ ਜਿਹਨਾਂ ਲਾਈ ਹੈ, ਇੰਨਾ ਕੁਛ ਹੋ ਗਿਆ, ਉਸ ਦੇ ਬਾਵਜੂਦ ਵੀ ਲੋਕ ਨਹੀਂ ਡਰਦੇ ਆ। ਅਤੇ ਪਲੀਜ਼ ਡਰਨਾ ਚਾਹੀਦਾ ਆ, ਥੋੜ੍ਹੀ ਜਿਹੀ ਸੇਫਟੀ ਵੀ ਰੱਖਣੀ ਚਾਹੀਦੀ ਹੈ, ਘੱਟੋ ਘੱਟ ਪਾਣੀ ਰੱਖੋ ਆਪਣੇ ਕੋਲ, ਤੁਸੀਂ 1-2 ਬਾਲਟੀ ਕੁਛ ਪਾਣੀ ਤਾਂ ਰੱਖੋ ਕਿ ਜੇ ਵਾਹਿਗੁਰੂ ਨਾ ਕਰੇ, ਖੁਦਾ ਨਾ ਖਾਸਤਾ, ਕਦੀ ਇੱਦਾਂ ਦੀ ਨੌਬਤ ਆਏ ਤਾਂ ਕੋਈ ਪਾਣੀ ਪਾ ਕੇ ਅੱਗ ਬੁਝਾ ਤਾਂ ਸਕੇ, ਕੋਈ ਸੇਫਟੀ ਦਾ ਕਰ ਸਕੇ। ਔਰ ਸੱਚੀ ਬਹੁਤ ਬੁਰਾ ਲੱਗਦਾ ਪਿਆ ਜਦੋਂ ਅੰਕਲ ਬਾਰੇ ਸੋਚੀ ਦੇ ਨਾ, ਉਸੇ ਤਰ੍ਹਾਂ ਅੱਖਾਂ ਦੇ ਸਾਹਮਣੇ ਤੁਰੇ ਆਉਂਦੇ ਆ, ਔਰ ਉੱਦਾਂ ਉਹਨਾਂ ਨੇ ਗੁਰਦੁਆਰੇ ਤੁਰੇ ਆਉਣਾ, ਮੱਥਾ ਟੇਕਣ, ਬੁਲਾਉਣਾ, ਹਾਲ ਚਾਲ ਪੁੱਛਣਾ, ਅਤੇ ਉੱਦਾਂ ਹੀ ਬਿਲਕੁਲ ਅੱਖਾਂ ਸਾਹਮਣੇ ਆ ਜਾਂਦੇ ਆ। ਕੱਲ੍ਹ ਨੂੰ ਦੇਖੋ ਸਾਰੇ ਕੰਮ ਉਹਨਾਂ ਦੇ ਹੋ ਜਾਣੇ, ਕੱਲ੍ਹ ਨੂੰ ਭੋਗ ਗਿਆ 5 ਤਰੀਕ ਨੂੰ, ਔਰ ਇਹ ਖਤਮ ਹੋਈ ਸੀ ਮੇਰੇ ਖਿਆਲ 'ਚ 23-24 ਦੇ ਨੇੜੇ, ਮੈਂ ਪੇਕੇ ਸੀਗੀ ਉੱਦਣ ਆਪਣੇ, 26 ਤਰੀਕ ਨੂੰ, 25 ਜਾਂ 26 ਨੂੰ ਖਤਮ ਹੋਈ ਸੀਗੀ। ਵਾਹਿਗੁਰੂ ਗਏ ਨੇ ਤਾਂ ਬਸ ਖੜੀ ਹਾਂ ਇੱਥੇ, ਚੱਲਦੇ ਆ ਫਿਰ। ਇੱਕ ਕੋਲਡ ਨੇ, ਜ਼ੁਕਾਮ ਨੇ ਮੱਤ ਮਾਰੀ ਪਈ ਹੈ ਮੇਰੀ, ਬੈਠੀ ਹੋਈ ਹਾਂ 'ਚ ਫੋਨ 'ਚ, ਤਾਂ ਇੰਨਾ ਹਨੇਰਾ ਦਿਸਦਾ ਪਿਆ, ਉੱਦਾਂ ਬਾਹਰ ਚਾਨਣ ਆ, ਕਈ ਵਾਰੀ ਬਾਹਰ ਹਨੇਰਾ ਹੁੰਦਾ ਅਤੇ ਫੋਨ 'ਚ ਚਾਨਣ ਦਿਸਦਾ, ਉਲਟਾ ਹੀ ਹੋਇਆ ਪਿਆ ਕੰਮ। ਮੈਂ ਖਾਣ ਲੱਗੀ ਹਾਂ ਗੋਲ ਗੱਪੇ, ਮੇਰੀ ਖੁਸ਼ੀ ਦਾ
ਮੇਰਾ ਟਿਕਾਣਾ ਨਹੀਂ ਹੈਗਾ ਕਿਉਂਕਿ ਮੈਂ ਗੋਲਗੱਪੇ ਲੈਣੇ ਆ ਖਾਣ। ਇੱਥੇ ਬਣਾਉਂਦੀ ਪਈ ਹਾਂ ਮਨਚੂਰੀਅਨ ਬਣਵਾਉਂਦੀ ਪਈ ਹਾਂ ਔਰ ਇੱਧਰ ਬਣਦਾ ਪਿਆ ਬਰਗਰ ਐਂਡ ਚਾਊਮੀਨ। ਵਿਊ ਦੇਖੋ ਤਾਂ ਇੰਨਾ ਵਧੀਆ ਲੱਗਦਾ ਪਿਆ। ਮੇਰਾ ਮਨਚੂਰੀਅਨ ਇੱਧਰ ਹੱਥ 'ਚ ਚੁੰਨੀ ਦੇ ਉਹਲੇ ਬਰਗਰ ਐਂਡ ਨੂਡਲਸ। ਅਸੀਂ ਹੁਣ ਰੋਪੜ ਤੋਂ ਥੋੜ੍ਹੀ ਸਲੋ ਹੀ ਚੱਲੇ ਪਏ ਹਾਂ। ਹਾਂਜੀ ਆ ਇੱਥੇ ਨਾ ਘੱਟੋ ਘੱਟ 14 ਸਾਲ ਪਹਿਲਾਂ ਡਿੱਗੀ ਹੋਈ ਸੀਗੀ ਨਹਿਰ ਦੇ ਵਿੱਚ ਕਾਰ, ਅਤੇ ਉਹ ਇਹਨਾਂ ਨੇ ਅੱਜ ਕੱਢੀ ਹੈ। ਅਤੇ ਉਹ ਮੈਂ ਦਿਖਾਉਂਦੀ ਪਈ ਇੰਨਾ ਰਸ਼ ਸੀਗਾ ਇੱਥੇ ਬਹੁਤ ਜ਼ਿਆਦਾ, ਗੱਡੀ ਵੀ ਪੂਰੀ ਖਰਾਬ ਹੋਈ ਪਈ ਹੈ, ਗਲੀ ਹੋਈ ਸੀਗੀ ਬਿਲਕੁਲ। ਅਤੇ ਇੱਥੇ ਅਸੀਂ ਆਪਾਂ ਪਹੁੰਚ ਗਏ ਸੀ ਆਪਣੇ ਕੁਆਟਰ 'ਚ। ਇੱਥੋਂ ਮੈਂ ਚੱਕਣਾ ਸੀ ਘੜਾ ਬਸ ਪਾਣੀ ਵਾਲਾ ਮਿੱਟੀ ਦਾ, ਅਤੇ ਬਸ ਵੀਡੀਓ ਦੀ ਐਂਡਿੰਗ 'ਤੇ ਲਈ ਨਹੀਂ ਸੀਗੀ। ਜੇ ਤੁਹਾਨੂੰ ਵੀਡੀਓ ਵਧੀਆ ਲੱਗੀ, ਇਸ ਤੋਂ ਬਾਅਦ 'ਚ ਕਲਿੱਪ ਆਉਣੀ ਹੈ ਜਦੋਂ ਇਹਨਾਂ ਨੇ ਮੋਮੋਜ਼ ਖਾਧੇ ਸੀ, ਮੈਂ ਉਹ ਐਡ ਕੀਤੀ ਹੈ। ਅਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ। ਔਰ ਪਲੀਜ਼ ਆਪਣੇ ਵਧੀਆ ਵਧੀਆ ਕਮੈਂਟ ਕਰਿਆ ਕਰੋ ਤਾਂ ਕਿ ਸਾਨੂੰ ਪਤਾ ਚੱਲੇ ਕਿ ਤੁਹਾਨੂੰ ਵੀਡੀਓ ਵਧੀਆ ਲੱਗੀ ਜਾਂ ਨਹੀਂ। ਔਰ ਜ਼ਰੂਰ ਦੱਸਿਆ ਕਰੋ ਆਪਣੀ ਰਾਏ। ਅਤੇ ਚਲੋ ਠੀਕ ਹੈ, ਇਸ ਤੋਂ ਬਾਅਦ ਮਿਲਾਂਗੇ ਜੀ ਨੈਕਸਟ ਵਲੌਗ 'ਚ। ਇਸ ਤੋਂ ਬਾਅਦ ਲਾਸਟ ਕਲਿੱਪ ਆ ਮੋਮੋਜ਼ ਵਾਲੀ, ਅਤੇ ਜ਼ਰੂਰ ਦੇਖ ਪਾਣੀ ਵਾਲਾ ਘੜਾ ਖਾਲੀ ਹੋਈ ਹੈ। ਫੇਵਰੇਟ ਮੋਮੋਜ ਇਹਨਾਂ ਨੇ ਖਾਣੇ ਹੀ ਖਾਣੇ ਨੇ, ਬਹੁਤ ਪਸੰਦ ਇਹਦੇ ਮੋਮੋਜ ਵਾਲਾ ਆ ਨਾ ਚੰਦਰਕੇਸ਼ ਯਾਦਵ। ਮੋਮੋਜ ਫਰਾਈਡ ਮੋਮੋਜ ਫਰੈਂਚ ਫਰਾਈ ਸਪਰਿੰਗ ਰੋਲ, ਮਤਲਬ ਬਹੁਤ ਟੇਸਟੀ ਬਣਾਉਂਦਾ ਆ। ਇਹਨਾਂ ਨੇ ਇਹਦੇ ਕੋਲੋਂ ਹੀ ਖਾਣੇ, ਪਹਿਲਾਂ ਦੂਜਾ ਹੁੰਦਾ ਸੀ ਉਹ ਨਹੀਂ ਹੈ, ਹੁਣ ਇਹ ਆ। ਓਕੇ।